ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸੂਰਿਆ ਟੀਵੀ। ਮੈਂ ਹਾਂ ਅਮਨ ਲੂਣਾ। ਅਲੈਂਟੇ ਮਾਲ ਦੀ ਬੇਸਮੈਂਟ 'ਚ ਜਿਹੜੀ ਲਿਫਟ ਹੈ, ਲਿਫਟ ਵਿੱਚ ਇੱਕ ਹਿਤਾਚੀ ਦੇ ਕਰਮਚਾਰੀ ਕੋਲੋਂ 11.5 ਲੱਖ ਦੇ ਕਰੀਬ ਲੁੱਟਣ ਦੇ ਮਾਮਲੇ ਵਿੱਚ ਆਖਰਕਾਰ ਇੰਡਸਟਰੀ ਏਰੀਆ ਥਾਣੇ ਦੀ ਪੁਲਿਸ ਨੇ ਇੱਕ ਕੇਸ ਦੀ ਮਾਸਟਰ ਮਾਈਂਡ ਇੱਕ ਲੜਕੀ ਜਸਮੀਨ ਕੌਰ, ਉਹਦੇ ਬੁਆਏਫ੍ਰੈਂਡ ਰੁਪਿੰਦਰ ਸਿੰਘ ਅਤੇ ਇੱਕ ਉਹਨਾਂ ਦੇ ਸਾਥੀ ਰਾਹੁਲ ਦੇ ਨਾਲ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਤੁਹਾਨੂੰ ਦੱਸ ਦਿੰਦੇ ਹਾਂ, ਹਿਤਾਚੀ ਕੰਪਨੀ ਦੇ ਜਿਹੜੇ ਕੈਸ਼ ਕਸਟੋਡੀਅਨ ਕਲੈਕਸ਼ਨ ਸੈਂਟਰ ਦੇ ਜਿਹੜੇ ਕਿ ਕਰਮਚਾਰੀ ਹੈ ਸੁਖਬੀਰ ਸਿੰਘ ਮਨੀ ਮਾਜਰੇ ਦੇ ਰਹਿਣ ਵਾਲੇ ਹੈ। ਇਹ ਦੁਪਹਿਰ ਨੂੰ 1 ਵਜੇ ਦੇ ਕਰੀਬ ਜਿਹੜਾ ਕੀ ਹੈ ਕਈ ਆਊਟਲੈਟਸ ਤੋਂ, ਅਲੈਂਟੇ ਮਾਲ ਦੇ ਆਊਟਲੈਟਸ ਤੋਂ ਇਹ ਕੈਸ਼ ਇਕੱਠਾ ਕਰਨ ਗਏ ਸੀਗੇ। ਜਦੋਂ ਦੀ ਇਹ ਕੈਸ਼ ਇਕੱਠਾ ਕਰਕੇ ਵਾਪਸ ਆ ਰਹੇ ਸੀਗੇ ਅਤੇ ਉਸ ਤੋਂ ਬਾਅਦ ਅਲੈਂਟੇ ਮਾਲ ਦੀ ਲਿਫਟ ਵਿੱਚ ਇੱਕ ਸ਼ਖਸ ਨੇ ਇਹਨਾਂ ਦੀ ਅੱਖਾਂ 'ਚ ਸਪਰੇਅ ਪਾਊਡਰ ਪਾ ਦਿੱਤਾ, ਜਿਸ ਕਰਕੇ ਜਦੋਂ ਲਿਫਟ ਥੱਲੇ ਰੁਕੀ ਤਾਂ ਲਿਫਟ ਦੇ ਬਾਹਰ ਵੀ ਇੱਕ ਸ਼ਖਸ ਖੜਾ ਹੁੰਦਾ ਅਤੇ ਦੋਨੋਂ ਜਣੇ ਉਹਦੇ ਨਾਲ ਭਿੜ ਜਾਂਦੇ ਹੈ ਅਤੇ ਉਹਦੇ ਪਿੱਠੂ ਬੈਗ 'ਚੋਂ 2 ਬੈਗ ਖੋਹ ਲੈਂਦੇ ਨੇ। ਇਹਨਾਂ ਦੋਨਾਂ ਬੈਗਾਂ 'ਚ 5.5 ਲੱਖ ਦੇ ਕਰੀਬ ਸੀਗਾ, ਲੇਕਿਨ ਤੁਹਾਨੂੰ ਦੱਸ ਦਿੰਦੇ ਹਾਂ ਵੀ ਇੱਕ ਬੈਗ ਜਿਹੜਾ ਕੀ ਹੈ ਉੱਥੇ ਹੀ ਰਹਿ ਗਿਆ ਸੀਗਾ ਅਤੇ ਇੱਕ ਬੈਗ ਲੈ ਕੇ ਇਹ ਜਿਹੜੀ ਮਾਸਟਰ ਮਾਈਂਡ ਲੜਕੀ ਹੈ ਜਸਲੀਨ ਕੌਰ, ਇਹਦੇ ਨਾਲ ਲੈ ਕੇ ਇਹ ਫਰਾਰ ਤਿੰਨੋਂ ਹੋ ਗਏ ਸੀ। ਅਤੇ ਤੁਹਾਨੂੰ ਇਸ ਮਾਮਲੇ ਦਾ ਅਹਿਮ ਗੱਲ ਦੱਸ ਦਿੰਦੇ ਹਾਂ ਵੀ ਇਹ ਜਿਹੜੀ ਲੜਕੀ ਹੈ ਇਹ ਇਸ ਕੇਸ ਦੀ ਮਾਸਟਰ ਮਾਈਂਡ ਕਿਉਂ ਦੱਸੀ ਜਾ ਰਹੀ ਹੈ, ਕਿਉਂਕਿ ਇਸ ਨੇ ਇਥੀਓਜ਼ ਇੱਕ ਸ਼ੋਰੂਮ ਹੈ ਅਲੈਂਟੇ ਮਾਲ ਦਾ ਜਿੱਥੇ ਕਿ ਇਹਨੇ ਪਹਿਲਾਂ ਕਈ ਦੇਰ ਕੰਮ ਕੀਤਾ ਹੈ, ਲੇਕਿਨ ਉਸ ਤੋਂ ਬਾਅਦ ਇਹ ਛੱਡ ਗਈ ਸੀ। ਇਹਨੂੰ ਇਸ ਮਾਮਲੇ ਦਾ ਸਾਰਾ ਪਤਾ ਸੀਗਾ ਵੀ ਹਿਤਾਚੀ ਕੰਪਨੀ ਦੀ ਤਰਫ ਤੋਂ ਇੱਥੇ ਇੱਕ ਕਰਮਚਾਰੀ ਭੇਜਿਆ ਜਾਂਦਾ ਹੈ ਜਿਹੜਾ ਕਿ ਇੱਥੋਂ ਕਈ ਆਊਟਲੈਟ ਤੋਂ ਕੈਸ਼ ਇਕੱਠਾ ਕਰਦਾ ਅਤੇ ਉਸ ਤੋਂ ਬਾਅਦ ਜਿਹੜਾ ਕੈਸ਼ ਹੈ ਬੈਂਕ 'ਚ ਜਮ੍ਹਾਂ ਕਰਾਇਆ ਜਾਂਦਾ ਹੈ। ਇਸ ਲਈ ਇਹਨਾਂ ਨੇ ਆਪਣੇ ਬੁਆਏਫ੍ਰੈਂਡ ਰੁਪਿੰਦਰ ਨੂੰ ਨਾਲ ਰੱਖਿਆ ਅਤੇ ਉਸ ਤੋਂ ਬਾਅਦ ਇੱਕ ਸਾਥੀ ਰਾਹੁਲ ਨੂੰ ਵੀ ਨਾਲ ਰੱਖਿਆ। ਰੁਪਿੰਦਰ ਸਿੰਘ ਜਿਹੜਾ ਹੈ ਕਿ ਫੇਸ 3B1 ਮੋਹਾਲੀ ਦਾ ਰਹਿਣ ਵਾਲਾ ਹੈ ਅਤੇ ਜਿਹੜਾ ਰਾਹੁਲ ਹੈ ਕਜੇੜੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਅਤੇ ਜਿਹੜੀ ਲੜਕੀ ਜਸਲੀਨ ਕੌਰ ਹੈ ਸੈਕਟਰ 36 ਦੀ ਰਹਿਣ ਵਾਲੀ ਹੈ। ਇਹਨਾਂ ਤਿੰਨਾਂ ਨੂੰ ਤਿੰਨਾਂ ਜਣਿਆਂ ਨੇ 2 ਹਫ਼ਤਿਆਂ ਤੱਕ ਪਹਿਲਾਂ ਤਾਂ ਸੁਖਬੀਰ ਸਿੰਘ ਦੀ ਰੈਕੀ ਕੀਤੀ ਵੀ ਉਹ ਕਿੱਥੇ ਕਿੱਥੇ ਜਾਂਦਾ ਹੈ, ਅਲੈਂਟੇ ਮਾਲ 'ਚ ਕਿਹੜੇ ਕਿਹੜੇ ਆਊਟਲੈਟ ਤੋਂ ਪੈਸੇ ਇਕੱਠੇ ਕਰਦਾ ਹੈ ਅਤੇ ਰੈਕੀ ਕਰਨ ਤੋਂ ਬਾਅਦ ਇਹਨਾਂ ਤਿੰਨਾਂ ਜਣਿਆਂ ਨੇ ਉਹਦਾ ਇੱਕ ਬੈਗ ਜਿਹੜਾ ਕੀ ਹੈ 5.5 ਲੱਖ ਦੇ ਕਰੀਬ ਬੈਗ 'ਚ ਹੈਗੇ ਸੀਗੇ, ਇਹ ਲੈ ਕੇ ਫਰਾਰ ਹੋ ਜਾਂਦੇ ਨੇ। ਅੱਖਾਂ 'ਚ ਮਿਰਚਾ ਪਾਊਡਰ ਪਾ ਕੇ ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਚੰਡੀਗੜ੍ਹ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਕਿ ਪੁਲਿਸ ਨੇ ਇਸ ਕੇਸ 'ਚ ਮਾਸਟਰ ਮਾਈਂਡ ਜਸਲੀਨ ਕੌਰ, ਉਹਦਾ ਬੁਆਏਫ੍ਰੈਂਡ ਰੁਪਿੰਦਰ ਸਿੰਘ ਅਤੇ ਰਾਹੁਲ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਮਾਮਲੇ ਵਿੱਚ 5,33,200 ਰੁਪਏ ਅਤੇ ਇਹਨਾਂ ਕੋਲ ਇੱਕ ਛੋਟਾ ਬੈਗ ਵੀ ਬਰਾਮਦ ਕੀਤਾ ਹੈ ਜਿਹਦੇ 'ਚ ਪਾਸਪੋਰਟ ਸਾਈਜ਼ 2 ਫੋਟੋਆਂ ਅਤੇ 100 ਰੁਪਇਆ ਕੈਸ਼ ਵੀ ਸੀਗਾ। ਤੁਹਾਨੂੰ ਲਗਾਤਾਰ ਦੱਸ ਦੇ ਰਹੇ ਹਾਂ, ਇਹ ਅਲੈਂਟੇ ਮਾਲ ਦੀ ਲਿਫਟ ਵਿੱਚ ਇਹ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ, ਅੱਖਾਂ 'ਚ ਮਿਰਚਾਂ ਪਾਊਡਰ ਪਾ ਕੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀਗਾ ਅਤੇ ਇਹ ਲੜਕੀ ਇਸ ਕੇਸ ਦੀ ਮਾਸਟਰ ਮਾਈਂਡ ਹੈ ਜਿਨ੍ਹਾਂ ਨੇ 2 ਹਫ਼ਤਿਆਂ ਤੱਕ ਲਗਾਤਾਰ ਇਹਦੀ ਰੈਕੀ ਕੀਤੀ ਹੈ। ਸੁਖਬੀਰ ਸਿੰਘ ਜਿਹੜਾ ਹਿਤਾਚੀ ਕੰਪਨੀ ਦਾ ਕੈਸ਼ ਕਸਟੋਡੀਅਨ ਕਲੈਕਸ਼ਨ ਸੈਂਟਰ ਦਾ ਜਿਹੜਾ ਕਰਮਚਾਰੀ ਹੈ ਜਿਹੜਾ ਕੈਸ਼ ਇਕੱਠਾ ਕਰਨ ਆਇਆ ਸੀਗਾ ਅਤੇ ਉਸ ਤੋਂ ਬਾਅਦ ਇਹਨਾਂ ਤਿੰਨਾਂ ਨੇ ਰੈਕੀ ਕਰਨ ਤੋਂ ਬਾਅਦ ਇਹ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਸਾਡੇ ਕੋਲ ਇੱਕ CCTV ਕੈਮਰੇ ਦੀ ਫੁਟੇਜ ਵੀ ਆਈ ਹੈ ਜਿਹੜੀ ਅਲੈਂਟੇ ਮਾਲ ਦੀ ਬੇਸਮੈਂਟ ਦੀ ਹੈ, ਤੁਹਾਨੂੰ ਦਿਖਾ ਦਿੰਦੇ ਹਾਂ ਕਿਸ ਤਰ੍ਹਾਂ ਇਹ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਸਾਫ਼ ਤੌਰ 'ਤੇ ਨਜ਼ਰ ਆ ਰਹੇ ਹਾਂ ਅਤੇ ਕਿਸ ਤਰ੍ਹਾਂ ਇਹ ਦੋਨੋਂ ਜਣੇ ਕਿੱਦਾਂ ਸੁਖਬੀਰ ਨਾਲ ਭਿੜਦੇ ਹੋਏ ਨਜ਼ਰ ਆ ਰਹੇ ਹਾਂ ਅਤੇ ਉਸ ਤੋਂ ਬਾਅਦ ਲੁੱਟ ਖੋਹ ਦੀ ਵਾਰਦਾਤ ਨੂੰ ਉੱਥੋਂ ਦੀ ਅੰਜਾਮ ਦੇ ਕਰ ਫਰਾਰ ਹੋ ਜਾਂਦੇ ਹੈ। ਚੰਡੀਗੜ੍ਹ ਤੋਂ ਅਮਨ ਲੂਣਾ ਦੀ ਰਿਪੋਰਟ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, X और WhatsApp चैनल पर।